ਇਹ ਗੱਸਤ ਨੂੰ ਰਿਲੀਜ਼ ਹੋਣ ਵਾਲੇ ਸਿੱਧੂ ਮੂਸੇਵਾਲੇ ਦੇ ਅਟੈਚ ਗੀਤ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਗੀਤ ਸਿੱਧੂ ਮੂਸੇਵਾਲਾ ਵੱਲੋਂ 2021 ਵਿੱਚ ਤਿਆਰ ਕੀਤਾ ਗਿਆ ਸੀ ਜਦੋਂ ਮੂਸਟੇਪ ਸੀਜ਼ਨ ਚੱਲ ਰਿਹਾ ਸੀ ਉਸ ਟਾਈਮ ਬਹੁਤ ਸਾਰੇ ਫੈਨਾਂ ਨੂੰ ਉਡੀਕ ਸੀ ਕਿ ਇਹ ਗੀਤ ਮੂਸਟੇਪ ਐਲਬਮ ਵਿੱਚ ਜ਼ਰੂਰ ਆਵੇਗਾ ਪਰ ਸਿੱਧੂ ਵੱਲੋਂ ਉਸ ਟਾਈਮ ਇਹ ਗੀਤ ਰਿਲੀਜ਼ ਨਹੀਂ ਕੀਤਾ ਗਿਆ ਜੇਕਰ ਇਸ ਗੀਤ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਦੀ ਵੀਡੀਓ ਵੀ 2021 ਵਿੱਚ ਇੰਗਲੈਂਡ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਸ਼ੂਟ ਕਰ ਲਈ ਗਈ ਸੀ ਜਿਸ ਨੂੰ ਕਿ ਸੁਖ ਸੰਘੇੜਾ ਤੇ ਸैम ਮੱਲੀ ਵੱਲੋਂ ਸ਼ੂਟ ਕੀਤਾ ਗਿਆ ਸੀ ਤੇ ਸ਼ੂਟ ਟਾਈਮ ਦੀਆਂ ਕਾਫੀ ਫੋਟੋ ਤੇ ਵੀਡੀਓ ਵੀ ਉਸ ਟਾਈਮ ਸਾਹਮਣੇ ਆਈਆਂ ਸਨ ਦੋਸਤੋ ਇਹ ਤਾਂ ਕਨਫਰਮ ਹੈ ਕਿ ਇਸ ਵਾਰ ਕੋਈ VFX ਜਾਂ AI ਨਾਲ ਬਣਾਈ ਸਿੱਧੂ ਮੂਸੇਵਾਲਾ ਦੀ ਵੀਡੀਓ ਨਹੀਂ ਬਲਕਿ オリジナル ਸਿੱਧੂ ਮੂਸੇਵਾਲਾ ਇਸ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਵੀਡੀਓ ਸ਼ੂਟ ਟਾਈਮ ਤੇ ਅਟੈਚ ਗਾਣਾ ਪਲੇ ਹੋਣ ਦੀਆਂ ਕੁਝ ਵੀਡੀਓ ਕਲਿੱਪ ਕਾਫੀ ਪੇਜਾਂ ਵੱਲੋਂ ਲੀਕ ਵੀ ਕੀਤੀਆਂ ਜਾ ਰਹੀਆਂ ਹਨ ਜੇਕਰ ਤੁਹਾਡੇ ਕੋਲ ਵੀ ਕੋਈ ਲੀਕ ਕਲਿੱਪ ਆਉਂਦੀ ਹੈ ਤਾਂ ਉਸ ਨੂੰ ਅੱਗੇ ਸ਼ੇਅਰ ਨਾ ਕਰੋ ਤੇ ਹੋਰਾਂ ਨੂੰ ਵੀ ਰੋਕੋ ਕਿਉਂਕਿ ਮਾਪਿਆਂ ਕੋਲ ਹੁਣ ਸਿੱਧੂ ਮੂਸੇਵਾਲੇ ਦੇ ਗੀਤਾਂ ਦੀ ਗਿਣਤੀ ਘੱਟ ਹੀ ਬਚੀ ਹੈ ਤੇ ਜੇਕਰ ਉਹ ਵੀ ਪਹਿਲਾਂ ਲੀਕ ਹੋ ਗਿਆ ਤਾਂ ਨੁਕਸਾਨ ਵੀ ਵੱਡਾ ਹੁੰਦਾ ਹੈ ਬਾਕੀ ਦੋਸਤੋ ਤੁਹਾਨੂੰ ਇਸ ਗੀਤ ਦੀ ਕਿੰਨੀ ਕੁ ਵੇਟ ਹੈ ਕਮੈਂਟ ਕਰਕੇ ਜਰੂਰ ਦੱਸਿਓ